ਸੋ ਦੋਸਤੋ ਆਪਣਾ ਫਰਜ਼ ਸਮਝਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਇਹ ਵੀਡੀਓ ਜਿਹੜੀ ਬੈਮਨ دیਵਾਨਾ ਪਿੰਡ ਦੀ ਜਿਹੜੀ ਦੱਸੀ ਗਈ ਹੈ ਸੋ ਚੋਰਾਂ ਨੇ ਆਨਲਾਈਨ ਠੱਗੀ ਦਾ ਇੱਕ ਨਵਾਂ ਢੰਗ ਹੈ ਜਿਹੜਾ ਲੱਭਿਆ ਹੋਇਆ ਹੈ ਸੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਈਕ ਸਵਾਰ ਇੱਕ ਲੜਕਾ ਹੈ ਨਾਲ ਉਸਦੇ ਕਬੱਡੀ ਉਮਰ ਦੀ ਬਜ਼ੁਰਗ ਔਰਤ ਹੈ ਤਾਂ ਇਹ ਕਿਸੇ ਵੀ ਦੁਕਾਨ ਤੇ ਜਿਹੜਾ ਗ੍ਰਾਹਕ ਬਣ ਕੇ ਜਾਂਦੇ ਹੈ ਜੋ ਵੀ ਇਹਨਾਂ ਨੂੰ ਸਮਾਨ ਚਾਹੀਦਾ ਹੁੰਦਾ ਹੈ ਉਹ ਲੈ ਲੈਂਦੇ ਹੈ ਇਸ ਤੋਂ ਬਾਅਦ ਇਹ ਕਹਿੰਦੇ ਕਿ ਪੇਮੈਂਟ ਹੈ ਜਿਹੜੀ ਤੁਹਾਨੂੰ ਅਸੀਂ ਆਨਲਾਈਨ ਕਰਾਂਗੇ ਜੋ ਵੀ ਅੱਜ ਕੱਲ੍ਹ ਆਨਲਾਈਨ ਐਪਲੀਕੇਸ਼ਨਾਂ ਨੇ ਆਨਲਾਈਨ ਸਾਧਨ ਨੇ ਉਸ ਰਾਹੀਂ ਪੇਮੈਂਟ ਜਿਹੜੀ ਆਪਾਂ ਲੈ ਲੈਨੇ ਆ ਜਿਵੇਂ ਗੂਗਲ ਪੇ ਹੋ ਗਿਆ ਫੋਨ ਪੇ ਹੋ ਗਿਆ ਤਾਂ ਜਦ ਕੋਈ ਵਿਅਕਤੀ ਆਪਣਾ ਨੰਬਰ ਦੱਸ ਦਿੰਦਾ ਜਾਂ ਫਿਰ ਜੋ ਕੋਡ ਸਕੈਨ ਹੁੰਦਾ ਉਹ ਦੱਸ ਦਿੰਦਾ ਸੋ ਇਹ ਕੋਡ ਸਕੈਨ ਕਰਕੇ ਜਾਂ ਫਿਰ ਜੋ ਵੀ ਤੁਹਾਡਾ ਜੀ ਪੇ ਨੰਬਰ ਹੈ ਉਸ ਤੇ ਤੁਹਾਨੂੰ ਪੈਸੇ ਸੈਂਡ ਕਰ ਦੇਣਗੇ ਤੁਹਾਨੂੰ ਮੈਸੇਜ ਵੀ ਆਏਗਾ ਪਰ ਤੁਹਾਡੇ ਖਾਤੇ ਦੇ ਵਿੱਚ ਪੈਸੇ ਨਹੀਂ ਹੋਣਗੇ 95% ਲੋਕ ਆਪਣਾ ਅਕਾਊਂਟ ਚੈੱਕ ਨਹੀਂ ਕਰਦੇ ਕੇਵਲ ਜੋ SMS ਆਉਂਦਾਗਾ ਕਿ ਤੁਹਾਡੇ ਖਾਤੇ ਵਿੱਚ ਪੈਸੇ ਆਏ ਐ ਉਹ ਦੇ ਕੇ ਹੀ ਸਾਰ ਲੈਂਦੇ ਐ ਸੋ ਇਹ ਫਰਜ਼ੀ ਮੈਸੇਜ ਐ ਸੋ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦਾ ਐਸਐਮਐਸ ਆਉਂਦਾ ਤਾਂ ਆਪਣਾ ਅਕਾਊਂਟ ਜਰੂਰ ਚੈੱਕ ਕਰ ਲਿਓ ਕਿ ਬਾਕੀ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਏ ਐ ਜਾਂ ਨਹੀਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ